ਆ ਬਾਹਰ ਬੰਦੇ ਖੜੇ ਜੀ ਬਣਾ ਫਿਰ ਚੋਰੀ ਤੇ ਬਣਾਉਣੇ ਸ਼ੁਰੂ ਕਰ ਕਰਾਓ ਕਰਾਓ ਫਿਰ ਕਰਾ ਦੋ ਮੇਰੇ ਲੋਕਾਂ ਨੂੰ ਪਹਿਲਾਂ ਹਾਰੀ ਉਹ ਕਹਿੰਦੇ ਹਾਂਜੀ ਉਹ ਕਹਿੰਦੇ ਜਸਵੀਰ ਸਾਹਿਬ ਕਹਿੰਦੇ ਸਾਨੂੰ ਜਦ ਟੀਚਰ ਖੜੇ ਹੈ ਮੈਂ ਕਰ ਲਈ ਤੁਸੀਂ ਸਾਡੇ ਸਰਪੰਚ ਕਿ ਹੁਣ ਅਸੀਂ ਆਪਣੀ ਇਲੈਕਸ਼ਨ ਛੱਡ ਕੇ ਸਰਪੰਚ ਸਾਹਿਬ ਪਰਮਜੀਤ ਸਿੰਘ ਜਿਹੜਾ ਕਿ ਪਿੰਡ ਅਕਲਪੁਰ ਹੈ ਫਲੌਰ ਹਲਕੇ ਦਾ ਹੈ ਜਲੰਧਰ ਲੋਕ ਸਭਾ 'ਚ ਪੈਂਦਾ ਇੱਥੇ ਪਹੁੰਚੇ ਹੈ। ਇਹਨਾਂ ਨੂੰ ਰਾਤ ਪੁਲਿਸ ਚੱਕਣ ਆਈ ਸੀ। ਇਹਨਾਂ ਨੇ ਕਿਹਾ ਮੈਂ ਨੰਬਰਦਾਰ ਵੀ ਹਾਂ, ਪਹਿਲਾਂ ਡੀ ਸੀ ਦੀ ਪਰਮਿਸ਼ਨ ਲੈ ਕੇ ਆਓ। ਫਿਰ ਸਵੇਰੇ ਤੜਕੇ ਹੀ ਇਹਨਾਂ ਦਾ ਘਰ ਘੇਰ ਲਿਆ, ਆਹ ਪੁਲਿਸ ਖੜ੍ਹੀ ਹੈ ਅਤੇ ਇਹਨਾਂ ਨੂੰ ਘਰ ਤੋਂ ਬਾਹਰ ਹੀ ਨਿਕਲ ਜਾ ਦਿੱਤਾ ਜਾ ਰਿਹਾ। ਅੱਜ ਨਰਿੰਦਰ ਮੋਦੀ ਜੀ ਨੇ ਜਲੰਧਰ ਆਉਣਾ ਹੈ। ਇੱਥੋਂ ਜਲੰਧਰ 50 ਕਿਲੋਮੀਟਰ ਹੈ, ਲੇਕਿਨ ਇੱਥੇ ਵੀ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਗਿਆ। ਪੂਰੇ ਹਲਕੇ ਦੇ ਵਿੱਚ ਕਿਸਾਨ ਲੀਡਰ ਨਜ਼ਰਬੰਦ ਹੈ, ਇੰਪਲਾਈਜ਼ ਲੀਡਰ ਨਜ਼ਰਬੰਦ ਹੈ। ਮੈਂ ਨਰਿੰਦਰ ਮੋਦੀ ਜੀ ਨੇ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ, ਕਿਉਂਕਿ ਖੋਟਾ ਸਿੱਕਾ ਆਪਣਾ ਬਗਾਨਿਆਂ ਨੂੰ ਕਿਹਾ ਦੋਸ਼। ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਤੇ ਕਿ ਆਹ ਜਿਹੜੀ ਪੁਲਿਸ ਲੱਗੀ ਵੀ ਹੈ ਇਹ ਤਾਂ ਪੰਜਾਬ ਦੀ ਹੈ, ਤੁਹਾਡਾ ਕਿਸਾਨਾਂ ਦੇ ਨਾਲ ਕਿਆ ਵੈਰ ਹੈ? ਆਮ ਆਦਮੀ ਪਾਰਟੀ ਵਾਲਿਓ ਮੈਨੂੰ ਦੱਸਤਾ ਦਿਓ ਕਿ ਤੁਹਾਡਾ ਕਿਸਾਨੀ ਨਾਲ ਕਿਆ ਵੈਰ ਹੈ? ਤੁਸੀਂ ਸਾਡੇ ਸਰਪੰਚ ਨੰਬਰਦਾਰ ਇੱਕ ਕਿਸਾਨ ਲੀਡਰ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਵਾ। ਭਗਵੰਤ ਮਾਨ ਜੀ, ਜੇ ਪ੍ਰਧਾਨ ਮੰਤਰੀ ਜੀ ਇੰਨੇ ਹਰਮਨ ਪਿਆਰੇ ਆ ਤਾਂ ਸਾਰਿਆਂ ਨੂੰ ਕਹਿਣ ਕਿ ਉਹਨਾਂ ਪਾਸ ਆਵੇ ਮਿਲਣ ਵਾਸਤੇ, ਉਹ ਘਰਾਂ 'ਚ ਨਜ਼ਰਬੰਦ ਕਰੀ ਬੈਠੇ ਆ ਕਿਸਾਨੀ ਨੂੰ, ਉਹ ਨਜ਼ਰਬੰਦ ਕਰੀ ਬੈਠੇ ਆ ਸਾਡੇ ਕਰਮਚਾਰੀਆਂ ਨੂੰ। ਇਸ ਕਰਕੇ ਅਸੀਂ ਇਸ ਗੱਲ ਦੀ ਘੋਰ ਨਿੰਦਿਆ ਕਰਦੇ ਹਾਂ। ਇਹ ਭਗਵੰਤ ਮਾਨ ਜੀ, ਮੁੱਖ ਮੰਤਰੀ ਜੀ, ਤੁਸੀਂ ਸਾਬਤ ਕਰਤਾ ਕਿ ਤੁਸੀਂ ਉਹਨਾਂ ਦੇ ਹੱਥ ਟੋਕੇ ਹੋ ਕੇਂਦਰ ਦੇ। ਤੁਸੀਂ ਕੇਂਦਰ ਦੀ ਕਹਿਣ 'ਤੇ ਸਾਡੇ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਹੋਇਆ, ਇਹ ਕਿਸੇ ਤਰ੍ਹਾਂ ਵੀ ਲੋਕ ਬਰਦਾਸ਼ਤ ਨਹੀਂ ਕਰਨਗੇ, ਤੁਹਾਨੂੰ ਵੋਟਾਂ 'ਚ ਪਤਾ ਲੱਗੇਗਾ। ਕਿਉਂਕਿ ਜੇ ਤਾਂ ਆ ਕੇ ਇੱਥੇ ਸੈਂਟਰ ਦੀਆਂ ਏਜੰਸੀਆਂ ਨੇ ਨਜ਼ਰਬੰਦ ਕੀਤਾ ਹੁੰਦਾ, BSF ਹੁੰਦੀ, ਕੋਈ ਹੋਰ ਹੁੰਦਾ, ਫਿਰ ਵੱਖਰੀ ਗੱਲ ਸੀ। ਇਹ ਪੰਜਾਬ ਸਰਕਾਰ ਨੇ, ਆਮ ਆਦਮੀ ਪਾਰਟੀ ਨੇ ਸਾਡੇ ਕਿਸਾਨਾਂ ਨੂੰ ਅੱਜ ਨਜ਼ਰਬੰਦ ਕਰਾਇਆ ਪ੍ਰਧਾਨ ਮੰਤਰੀ ਦੇ ਆਉਣ 'ਤੇ। ਜਿੱਥੇ ਭਗਵੰਤ ਮਾਨ ਜਾਂਦੇ ਉੱਥੇ ਫੌਜ ਲੱਗ ਜਾਂਦੀ ਹੈ। ਕਿਆ ਗੱਲ, ਤੁਹਾਨੂੰ ਕੀ ਤੋਂ ਖਤਰਾ ਬਈ? ਪ੍ਰਧਾਨ ਮੰਤਰੀ ਜੀ ਨੂੰ ਹੁਣ ਕਿਆ ਖਤਰਾ ਹੈ? ਜਲੰਧਰ ਆਏ ਹੈ, ਲੇਕਿਨ ਸਾਡੇ ਕਿਸਾਨ ਨਜ਼ਰਬੰਦ ਹੈ। ਇਸ ਗੱਲ ਦੀ ਅਸੀਂ ਘੋਰ ਨਿੰਦਾ ਕਰਦੇ ਹਾਂ। ਕਰਾਓ ਕਰਾਓ ਫਿਰ ਕਰਾ ਦੋ ਮੇਰੇ ਲੋਕਾਂ ਨੂੰ ਪਹਿਲਾਂ ਹਾਰੀ ਉਹ ਕਹਿੰਦੇ ਹਾਂਜੀ ਉਹ ਕਹਿੰਦੇ ਜਸਵੀਰ ਸਾਹਿਬ ਕਹਿੰਦੇ ਸਾਨੂੰ ਜਦ ਟੀਚਰ ਖੜੇ ਹੈ ਮੈਂ ਕਰ ਲਈ ਤੁਸੀਂ ਸਾਡੇ ਸਰਪੰਚ ਵੀ ਘੇਰਿਆ ਹੋਇਆ ਸਰਪੰਚ ਸਾਹਿਬ ਵੀ ਘੇਰੀ ਖੜੇ ਤੁਹਾਨੂੰ ਰਾਤ ਵੀ ਪੁਲਿਸ ਆਈ ਸੀ ਰਾਤ ਵੀ 12 ਵਜੇ ਆਈ ਮੈਂ ਆਪ ਜੀ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਹੁਣ ਅਸੀਂ ਆਪਣੀ ਇਲੈਕਸ਼ਨ ਛੱਡ ਕੇ ਸਰਪੰਚ ਸਾਹਿਬ ਪਰਮਜੀਤ ਸਿੰਘ ਜਿਹੜਾ ਕਿ ਪਿੰਡ ਅਕਲਪੁਰ ਹੈ ਫਲੌਰ ਹਲਕੇ ਦਾ ਹੈ ਜਲੰਧਰ
ਲੋਕ ਸਭਾ ਚ ਪੈਂਦਾ ਇੱਥੇ ਪਹੁੰਚੇ ਆ। ਇਹਨਾਂ ਨੂੰ ਰਾਤ ਪੁਲਿਸ ਚੱਕਣ ਆਈ ਸੀ, ਇਹਨਾਂ ਨੇ ਕਿਹਾ ਮੈਂ ਨੰਬਰਦਾਰ ਵੀ ਹਾਂ, ਪਹਿਲਾਂ ਡੀਸੀ ਦੀ ਪਰਮਿਸ਼ਨ ਲੈ ਕੇ ਆਓ। ਫਿਰ ਸਵੇਰੇ ਤੜਕੇ ਹੀ ਇਹਨਾਂ ਦਾ ਘਰ ਘੇਰ ਲਿਆ, ਆਹ ਪੁਲਿਸ ਖੜੀ ਹੈ ਅਤੇ ਇਹਨਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲ ਜਾ ਦਿੱਤਾ ਜਾ ਰਿਹਾ। ਅੱਜ ਨਰਿੰਦਰ ਮੋਦੀ ਜੀ ਨੇ ਜਲੰਧਰ ਆਉਣਾ, ਇੱਥੋਂ ਜਲੰਧਰ 50 ਕਿਲੋਮੀਟਰ ਹੈ, ਲੇਕਿਨ ਇੱਥੇ ਵੀ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਗਿਆ। ਪੂਰੇ ਹਲਕੇ ਦੇ ਵਿੱਚ ਕਿਸਾਨ ਲੀਡਰ ਨਜ਼ਰਬੰਦ ਹੈ, ਇੰਪਲਾਈਜ਼ ਲੀਡਰ ਨਜ਼ਰਬੰਦ ਹੈ। ਮੈਂ ਨਰਿੰਦਰ ਮੋਦੀ ਜੀ ਨੇ, ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ, ਕਿਉਂਕਿ ਖੋਟਾ ਸਿੱਕਾ ਆਪਣਾ ਬਗਾਨਿਆਂ ਨੂੰ ਕਿਹਾ ਦੋਸ਼। ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਤੇ ਕਿ ਆਹ ਜਿਹੜੀ ਪੁਲਿਸ ਲੱਗੀ ਵੀ ਹੈ ਇਹ ਤਾਂ ਪੰਜਾਬ ਦੀ ਹੈ, ਤੁਹਾਡਾ ਕਿਸਾਨਾਂ ਦੇ ਨਾਲ ਕਿਆ ਵੈਰ ਹੈ? ਆਮ ਆਦਮੀ ਪਾਰਟੀ ਵਾਲਿਓ ਮੈਨੂੰ ਦੱਸਤਾ ਦਿਓ ਕਿ ਤੁਹਾਡਾ ਕਿਸਾਨੀ ਨਾਲ ਕਿਆ ਵੈਰ ਹੈ? ਤੁਸੀਂ ਸਾਡੇ ਸਰਪੰਚ ਨੰਬਰਦਾਰ ਇੱਕ ਕਿਸਾਨ ਲੀਡਰ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਵਾ। ਭਗਵੰਤ ਮਾਨ ਜੀ, ਜੇ ਪ੍ਰਧਾਨ ਮੰਤਰੀ ਜੀ ਇੰਨੇ ਹਰਮਨ ਪਿਆਰੇ ਆ ਤਾਂ ਸਾਰਿਆਂ ਨੂੰ ਕਹਿਣਗੇ ਉਹਨਾਂ ਪਾਸ ਆਵੇ ਮਿਲਣ ਵਾਸਤੇ, ਉਹ ਘਰਾਂ 'ਚ ਨਜ਼ਰਬੰਦ ਕਰੀ ਬੈਠੇ ਆ ਕਿਸਾਨੀ ਨੂੰ, ਉਹ ਨਜ਼ਰਬੰਦ ਕਰੀ ਬੈਠੇ ਆ ਸਾਡੇ ਕਰਮਚਾਰੀਆਂ ਨੂੰ। ਇਸ ਕਰਕੇ ਅਸੀਂ ਇਸ ਗੱਲ ਦੀ ਘੋਰ ਨਿੰਦਿਆ ਕਰਦੇ ਹਾਂ। ਇਹ ਭਗਵੰਤ ਮਾਨ ਜੀ, ਮੁੱਖ ਮੰਤਰੀ ਜੀ, ਤੁਸੀਂ ਸਾਬਤ ਕਰਤਾ ਕਿ ਤੁਸੀਂ ਉਹਨਾਂ ਦੇ ਹੱਥ ਟੋਕੇ ਹੋ ਕੇਂਦਰ ਦੇ, ਤੁਸੀਂ ਕੇਂਦਰ ਦੀ ਕਹਿਣ 'ਤੇ ਸਾਡੇ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਹੋਇਆ। ਇਹ ਕਿਸੇ ਤਰ੍ਹਾਂ ਵੀ ਲੋਕ ਬਰਦਾਸ਼ਤ ਨਹੀਂ ਕਰਨਗੇ, ਤੁਹਾਨੂੰ ਵੋਟਾਂ 'ਚ ਪਤਾ ਲੱਗੇਗਾ। ਕਿਉਂਕਿ ਜੇ ਤਾਂ ਆ ਕੇ ਇੱਥੇ ਸੈਂਟਰ ਦੀਆਂ ਏਜੰਸੀਆਂ ਨੇ ਨਜ਼ਰਬੰਦ ਕੀਤਾ ਹੁੰਦਾ, BSF ਹੁੰਦੀ, ਕੋਈ ਹੋਰ ਹੁੰਦਾ, ਫਿਰ ਵੱਖਰੀ ਗੱਲ ਸੀ। ਇਹ ਪੰਜਾਬ ਸਰਕਾਰ ਨੇ, ਆਮ ਆਦਮੀ ਪਾਰਟੀ ਨੇ ਸਾਡੇ ਕਿਸਾਨਾਂ ਨੂੰ ਅੱਜ ਨਜ਼ਰਬੰਦ ਕਰਾਇਆ ਪ੍ਰਧਾਨ ਮੰਤਰੀ ਦੇ ਆਉਣ 'ਤੇ। ਜਿੱਥੇ ਭਗਵੰਤ ਮਾਨ ਜਾਂਦੇ ਉੱਥੇ ਫੌਜ ਲੱਗ ਜਾਂਦੀ ਹੈ। ਕਿਆ ਗੱਲ, ਤੁਹਾਨੂੰ ਕੀ ਤੋਂ ਖਤਰਾ ਬਈ? ਪ੍ਰਧਾਨ ਮੰਤਰੀ ਜੀ ਨੂੰ ਹੁਣ ਕਿਆ ਖਤਰਾ ਹੈ? ਜਲੰਧਰ ਆਏ ਹੈ ਲੇਕਿਨ ਸਾਡੇ ਕਿਸਾਨ ਨਜ਼ਰਬੰਦ ਹੈ। ਇਸ ਗੱਲ ਦੀ ਅਸੀਂ ਘੋਰ ਨਿੰਦਾ ਕਰਦੇ ਹਾਂ। ਕਰਾਓ ਫਿਰ ਕਰਾ ਦਿਓ, ਮੇਰੇ ਮੁੱਕਾ ਨੂੰ ਕਹਿੰਦਾ ਹਾਰੀ ਹੋਣਾ ਚਾਹੀਦਾ। ਹਾਂਜੀ, ਉਹ ਕਹਿੰਦੇ ਜਸਵੀਰ ਸਾਹਿਬ ਨੂੰ ਟੀਚਰ ਖੜੇ ਹੈ, ਮੈਂ ਕਰ ਤੁਸੀਂ ਸਾਡੇ ਸਰਪੰਚ ਵੀ ਘੇਰਿਆ ਹੋਇਆ, ਸਰਪੰਚ ਸਾਹਿਬ ਵੀ ਘੇਰੀ ਖੜੇ ਤੁਹਾਨੂੰ। ਰਾਧੀ ਪੁਲਿਸ ਆਈ ਸੀ, ਰਾਤ ਵੀ 12 ਵਜੇ ਆਈ, ਲੈ ਕੇ ਜਾਣਾ ਨਾਲ। ਅੱਛਾ, ਇੱਕ ਮਿੰਟ ਗੱਲ ਕਰ ਲਈ ਅਤੇ ਰਾਤ ਕਿਆ ਕਹਿੰਦੇ ਸੀ? ਰਾਤ ਕਹਿੰਦੇ ਲੈ ਕੇ ਜਾਣਾ ਜੀ ਨਾਲ ਤੁਹਾਨੂੰ। ਮੈਂ ਕਿਹਾ ਮੇਰੇ ਤਾਂ ਮਾਤਾ ਜੀ ਸੀਰੀਅਸ ਹੈ ਜੀ, ਮੈਂ ਜਾ ਨਹੀਂ ਸਕਦਾ। ਹੁਣ ਇਹ ਪੁੱਛ ਲਿਆ ਜੀ, ਨੇੜ ਦੇ ਲਾਏ ਆ ਜੀ, 2-3 ਮੁਲਾਜ਼ਮ ਲਾਏ। ਤੁਸੀਂ ਕਾਹਦੇ ਵਾਸਤੇ ਰੋਕਿਆ? ਮੈਂ ਆਪ ਜੀ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਹੁਣ ਅਸੀਂ ਆਪਣੀ ਇਲੈਕਸ਼ਨ ਛੱਡ ਕੇ ਸਰਪੰਚ ਸਾਹਿਬ ਪਰਮਜੀਤ ਸਿੰਘ, ਜਿਹੜਾ ਕਿ ਪਿੰਡ ਅਕਲਪੁਰ ਹੈ, ਫਲੌਰ ਹਲਕੇ ਦਾ ਹੈ, ਜਲੰਧਰ ਲੋਕ ਸਭਾ 'ਚ ਪੈਂਦਾ, ਇੱਥੇ ਪਹੁੰਚੇ ਹੈ। ਇਹਨਾਂ ਨੂੰ ਰਾਤ ਪੁਲਿਸ ਚੱਕਣ ਆਈ ਸੀ, ਇਹਨਾਂ ਨੇ ਕਿਹਾ ਮੈਂ ਨੰਬਰਦਾਰ ਵੀ ਹਾਂ, ਪਹਿਲਾਂ DC ਦੀ ਪਰਮਿਸ਼ਨ ਲੈ ਕੇ ਆਓ। ਫਿਰ ਸਵੇਰੇ ਤੜਕੇ ਹੀ ਇਹਨਾਂ ਦਾ ਘਰ ਘੇਰ ਲਿਆ, ਆਹ ਪੁਲਿਸ ਖੜੀ ਹੈ ਅਤੇ ਇਹਨਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲ ਜਾ ਦਿੱਤਾ ਜਾ ਰਿਹਾ। ਅੱਜ ਨਰਿੰਦਰ ਮੋਦੀ ਜੀ ਨੇ ਜਲੰਧਰ ਆਉਣਾ, ਇੱਥੋਂ ਜਲੰਧਰ 50 ਕਿਲੋਮੀਟਰ ਹੈ, ਲੇਕਿਨ ਇੱਥੇ ਵੀ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਗਿਆ। ਪੂਰੇ ਹਲਕੇ ਦੇ ਵਿੱਚ ਕਿਸਾਨ ਲੀਡਰ ਨਜ਼ਰਬੰਦ ਹੈ, ਇੰਪਲਾਈਜ਼ ਲੀਡਰ ਨਜ਼ਰਬੰਦ ਹੈ। ਮੈਂ ਨਰਿੰਦਰ ਮੋਦੀ ਜੀ ਨੇ, ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ,
ਕਿਉਂਕਿ ਖੋਟਾ ਸਿੱਕਾ ਆਪਣਾ ਬਗਾਨਿਆਂ ਨੂੰ ਕਿਹਾ ਦੋਸ਼। ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਤੇ ਕਿ ਆਹ ਜਿਹੜੀ ਪੁਲਿਸ ਲੱਗੀ ਵੀ ਹੈ ਇਹ ਤਾਂ ਪੰਜਾਬ ਦੀ ਹੈ, ਤੁਹਾਡਾ ਕਿਸਾਨਾਂ ਦੇ ਨਾਲ ਕਿਆ ਬਹਿ ਰਿਹਾ ਆਮ ਆਦਮੀ ਪਾਰਟੀ ਵਾਲਿਓ? ਮੈਨੂੰ ਦੱਸਤਾ ਦਿਓ ਕਿ ਤੁਹਾਡਾ ਕਿਸਾਨੀ ਨਾਲ ਕਿਆ ਬਹਿ ਰਿਹਾ? ਤੁਸੀਂ ਸਾਡੇ ਸਰਪੰਚ ਨੰਬਰਦਾਰ ਇੱਕ ਕਿਸਾਨ ਲੀਡਰ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਵਾ। ਭਗਵੰਤ ਮਾਨ ਜੀ, ਜੇ ਪ੍ਰਧਾਨ ਮੰਤਰੀ ਜੀ ਇੰਨੇ ਹਰਮਨ ਪਿਆਰੇ ਆ ਤਾਂ ਸਾਰਿਆਂ ਨੂੰ ਕਹਿਣਗੇ ਉਹਨਾਂ ਪਾਸ ਆਵੇ ਮਿਲਣ ਵਾਸਤੇ। ਉਹ ਘਰਾਂ 'ਚ ਨਜ਼ਰਬੰਦ ਕਰੀ ਬੈਠੇ ਆ ਕਿਸਾਨੀ ਨੂੰ, ਉਹ ਨਜ਼ਰਬੰਦ ਕਰੀ ਬੈਠੇ ਸਾਡੇ ਕਰਮਚਾਰੀਆਂ ਨੂੰ। ਇਸ ਕਰਕੇ ਅਸੀਂ ਇਸ ਗੱਲ ਦੀ ਘੋਰ ਨਿੰਦਾ ਕਰਦੇ ਹਾਂ। ਇਹ ਭਗਵੰਤ ਮਾਨ ਜੀ, ਮੁੱਖ ਮੰਤਰੀ ਜੀ, ਤੁਸੀਂ ਸਾਬਤ ਕਰਤਾ ਕਿ ਤੁਸੀਂ ਉਹਨਾਂ ਦੇ ਹੱਥ ਟੋਕਿਓ ਕੇਂਦਰ ਦੇ। ਤੁਸੀਂ ਕੇਂਦਰ ਦੀ ਕਹਿਣ 'ਤੇ ਸਾਡੇ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਹੋਇਆ, ਇਹ ਕਿਸੇ ਤਰ੍ਹਾਂ ਵੀ ਲੋਕ ਬਰਦਾਸ਼ਤ ਨਹੀਂ ਕਰਨਗੇ, ਤੁਹਾਨੂੰ ਵੋਟਾਂ 'ਚ ਪਤਾ ਲੱਗੇਗਾ। ਕਿਉਂਕਿ ਜੇ ਤਾਂ ਆ ਕੇ ਇੱਥੇ ਸੈਂਟਰ ਦੀਆਂ ਏਜੰਸੀਆਂ ਨੇ ਨਜ਼ਰਬੰਦ ਕੀਤਾ ਹੁੰਦਾ, BSF ਹੁੰਦੀ, ਕੋਈ ਹੋਰ ਹੁੰਦਾ, ਫਿਰ ਵੱਖਰੀ ਗੱਲ ਸੀ। ਇਹ ਪੰਜਾਬ ਸਰਕਾਰ ਨੇ, ਆਮ ਆਦਮੀ ਪਾਰਟੀ ਨੇ ਸਾਡੇ ਕਿਸਾਨਾਂ ਨੂੰ ਅੱਜ ਨਜ਼ਰਬੰਦ ਕਰਾਇਆ ਪ੍ਰਧਾਨ ਮੰਤਰੀ ਦੇ ਆਉਣ 'ਤੇ। ਜਿੱਥੇ ਭਗਵੰਤ ਮਾਨ ਜਾਂਦੇ ਉੱਥੇ ਫੌਜ ਲੱਗ ਜਾਂਦੀ ਹੈ। ਕਿਆ ਗੱਲ, ਤੁਹਾਨੂੰ ਕੀ ਤੋਂ ਖਤਰਾ ਬਈ? ਪ੍ਰਧਾਨ ਮੰਤਰੀ ਜੀ ਨੂੰ ਹੁਣ ਕਿਆ ਖਤਰਾ ਹੈ? ਜਲੰਧਰ ਆਏ ਹੈ, ਲੇਕਿਨ ਸਾਡੇ ਕਿਸਾਨ ਨਜ਼ਰਬੰਦ ਹੈ। ਇਸ ਗੱਲ ਦੀ ਅਸੀਂ ਘੋਰ ਨਿੰਦਾ ਕਰਦੇ ਹਾਂ। ਕਰਾਓ ਕਰਾਓ ਫਿਰ ਕਰਾ ਦਿਓ, ਮੇਰੇ ਲੋਕਾਂ ਨੂੰ ਪਹਿਲਾਂ ਹਾਰੀ ਉਹ ਕਹਿੰਦੇ। ਹਾਂਜੀ, ਉਹ ਕਹਿੰਦੇ ਜਸਵੀਰ ਸਾਹਿਬ ਨੂੰ ਕਹਿੰਦੇ ਸਾਨੂੰ ਜਦ ਟੀਚਰ ਖੜੇ ਹੈ, ਮੈਂ ਕਰ ਤੁਸੀਂ ਸਾਡੇ ਸਰਪੰਚ ਵੀ ਘੇਰਿਆ ਹੋਇਆ, ਸਰਪੰਚ ਸਾਹਿਬ ਵੀ ਘੇਰੀ ਖੜੇ ਤੁਹਾਨੂੰ। ਰਾਧੀ ਪੁਲਿਸ ਆਈ ਸੀ, ਰਾਤ ਵੀ 12 ਵਜੇ ਆਈ, ਲੈ ਕੇ ਜਾਣਾ ਨਾਲ। ਅੱਛਾ, ਇੱਕ ਮਿੰਟ ਗੱਲ ਕਰ ਲਈ ਅਤੇ ਰਾਤ ਕਿਆ ਕਹਿੰਦੇ ਸੀ? ਰਾਤ ਕਹਿੰਦੇ ਲੈ ਕੇ ਜਾਣਾ ਜੀ ਨਾਲ ਤੁਹਾਨੂੰ। ਮੈਂ ਕਿਹਾ ਮੇਰੇ ਤਾਂ ਮਾਤਾ ਜੀ ਸੀਰੀਅਸ ਹੈ ਜੀ, ਮੈਂ ਜਾ ਨਹੀਂ ਸਕਦਾ। ਹੁਣ ਇਹ ਪੁੱਛ ਲਿਆ ਜੀ, ਨੇੜ ਦੇ ਲਾਏ ਆ ਜੀ, ਦੋ ਤਿੰਨ ਮੁਲਾਜ਼ਮ ਲਾਏ। ਮੈਂ ਆਪ ਜੀ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਹੁਣ ਅਸੀਂ ਆਪਣੀ ਇਲੈਕਸ਼ਨ ਛੱਡ ਕੇ ਸਰਪੰਚ ਸਾਹਿਬ ਪਰਮਜੀਤ ਸਿੰਘ, ਜਿਹੜਾ ਕਿ ਪਿੰਡ ਅਕਲਪੁਰ ਹੈ, ਫਲੌਰ ਹਲਕੇ ਦਾ ਹੈ, ਜਲੰਧਰ ਲੋਕ ਸਭਾ 'ਚ ਪੈਂਦਾ, ਇੱਥੇ ਪਹੁੰਚੇ ਹੈ। ਇਹਨਾਂ ਨੂੰ ਰਾਤ ਪੁਲਿਸ ਚੱਕਣ ਆਈ ਸੀ, ਇਹਨਾਂ ਨੇ ਕਿਹਾ ਮੈਂ ਨੰਬਰਦਾਰ ਵੀ ਹਾਂ, ਪਹਿਲਾਂ DC ਦੀ ਪਰਮਿਸ਼ਨ ਲੈ ਕੇ ਆਓ। ਫਿਰ ਸਵੇਰੇ ਤੜਕੇ ਹੀ ਇਹਨਾਂ ਦਾ ਘਰ ਘੇਰ ਲਿਆ, ਆਹ ਪੁਲਿਸ ਖੜ੍ਹੀ ਹੈ ਅਤੇ ਇਹਨਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲ ਜਾ ਦਿੱਤਾ ਜਾ ਰਿਹਾ। ਅੱਜ ਨਰਿੰਦਰ ਮੋਦੀ ਜੀ ਨੇ ਜਲੰਧਰ ਆਉਣਾ ਹੈ, ਇੱਥੋਂ ਜਲੰਧਰ 50 ਕਿਲੋਮੀਟਰ ਹੈ, ਲੇਕਿਨ ਇੱਥੇ ਵੀ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਗਿਆ। ਪੂਰੇ ਹਲਕੇ ਦੇ ਵਿੱਚ ਕਿਸਾਨ ਲੀਡਰ ਨਜ਼ਰਬੰਦ ਹੈ, ਇੰਪਲਾਈਜ਼ ਲੀਡਰ ਨਜ਼ਰਬੰਦ ਹੈ। ਮੈਂ ਨਰਿੰਦਰ ਮੋਦੀ ਜੀ ਨੇ, ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ, ਕਿਉਂਕਿ ਖੋਟਾ ਸਿੱਕਾ ਆਪਣਾ ਬਗਾਨਿਆਂ ਨੂੰ ਕਿਹਾ ਦੋਸ਼। ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਤੇ ਕਿ ਆਹ ਜਿਹੜੀ ਪੁਲਿਸ ਲੱਗੀ ਵੀ ਹੈ ਇਹ ਤਾਂ ਪੰਜਾਬ ਦੀ ਹੈ, ਤੁਹਾਡਾ ਕਿਸਾਨਾਂ ਦੇ ਨਾਲ ਕਿਆ ਬਹਿ ਰਿਹਾ ਆਮ ਆਦਮੀ ਪਾਰਟੀ ਵਾਲਿਓ? ਮੈਨੂੰ ਦੱਸਤਾ ਦਿਓ ਕਿ ਤੁਹਾਡਾ ਕਿਸਾਨੀ ਨਾਲ ਕਿਆ ਬਹਿ ਰਿਹਾ? ਤੁਸੀਂ ਸਾਡੇ ਸਰਪੰਚ ਨੰਬਰਦਾਰ ਇੱਕ ਕਿਸਾਨ ਲੀਡਰ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਵਾ। ਭਗਵੰਤ ਮਾਨ ਜੀ, ਜੇ ਪ੍ਰਧਾਨ ਮੰਤਰੀ ਜੀ ਇੰਨੇ ਹਰਮਨ ਪਿਆਰੇ ਆ ਤਾਂ ਸਾਰਿਆਂ ਨੂੰ ਕਹਿਣਗੇ ਉਹਨਾਂ ਪਾਸ ਆਵੇ ਮਿਲਣ ਵਾਸਤੇ। ਉਹ ਘਰਾਂ 'ਚ ਨਜ਼ਰਬੰਦ ਕਰੀ ਬੈਠੇ ਆ ਕਿਸਾਨੀ ਨੂੰ, ਉਹ ਨਜ਼ਰਬੰਦ ਕਰੀ ਬੈਠੇ ਸਾਡੇ ਕਰਮਚਾਰੀਆਂ ਨੂੰ।
ਇਸ ਕਰਕੇ ਅਸੀਂ ਇਸ ਗੱਲ ਦੀ ਘੋਰ ਨਿੰਦਿਆ ਕਰਦੇ ਹਾਂ। ਇਹ ਭਗਵੰਤ ਮਾਨ ਜੀ, ਮੁੱਖ ਮੰਤਰੀ ਜੀ, ਤੁਸੀਂ ਸਾਬਤ ਕਰਤਾ ਕਿ ਤੁਸੀਂ ਉਹਨਾਂ ਦੇ ਹੱਥ ਟੋਕੇ ਹੋ ਕੇਂਦਰ ਦੇ। ਤੁਸੀਂ ਕੇਂਦਰ ਦੀ ਕਹਿਣ 'ਤੇ ਸਾਡੇ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਹੋਇਆ, ਇਹ ਕਿਸੇ ਤਰ੍ਹਾਂ ਵੀ ਲੋਕ ਬਰਦਾਸ਼ਤ ਨਹੀਂ ਕਰਨਗੇ। ਤੁਹਾਨੂੰ ਵੋਟਾਂ 'ਚ ਪਤਾ ਲੱਗੇਗਾ, ਕਿਉਂਕਿ ਜੇ ਤਾਂ ਆ ਕੇ ਇੱਥੇ ਸੈਂਟਰ ਦੀਆਂ ਏਜੰਸੀਆਂ ਨੇ ਨਜ਼ਰਬੰਦ ਕਰਾਇਆ ਪ੍ਰਧਾਨ ਮੰਤਰੀ ਦੇ ਆਉਣ 'ਤੇ। ਜਿੱਥੇ ਭਗਵੰਤ ਮਾਨ ਜਾਂਦੇ ਉੱਥੇ ਫੌਜ ਲੱਗ ਜਾਂਦੀ ਹੈ। ਕਿਆ ਗੱਲ, ਤੁਹਾਨੂੰ ਕੀ ਤੋਂ ਖਤਰਾ ਬਈ? ਪ੍ਰਧਾਨ ਮੰਤਰੀ ਜੀ ਨੂੰ ਹੁਣ ਕਿਆ ਖਤਰਾ ਹੈ? ਜਲੰਧਰ ਆਏ ਹੈ, ਲੇਕਿਨ ਸਾਡੇ ਕਿਸਾਨ ਨਜ਼ਰਬੰਦ ਹੈ। ਇਸ ਗੱਲ ਦੀ ਅਸੀਂ ਘੋਰ ਨਿੰਦਾ ਕਰਦੇ ਹਾਂ। ਸਰਦਾਰ ਰਵੱਈਆ ਬਹੁਤ ਮਾੜਾ ਹੈ ਜੀ, ਬਹੁਤ ਜਿੰਨਾ ਝੂਠ ਬੋਲੋ ਉਨਾ ਆ। ਇਹ ਭਾਜਪਾ ਦੀ ਵੀ ਟੀਮ ਹੀ ਆ ਜਿਹੜੀ ਆਪਸ ਵਧੀਆ ਲੀਡਰ ਆ ਜੀ। ਸਾਰਾ ਪਿੰਡ ਅਸੀਂ ਸਪੋਰਟ ਕਰਾਂਗੇ ਪੂਰੇ ਡਟ ਕੇ। ਪਹਿਲਾਂ ਵੀ ਕਾਂਗਰਸ ਹੁੰਦੀ ਹੈ ਜੀ। ਸਲਾਹ ਦੇਖੋ ਜੀ, ਰਾਤ ਵੀ 12:00 ਵਜੇ ਪੁਲਿਸ ਆਈ ਸੀ ਇੱਥੋਂ, ਕਹਿੰਦੇ ਲੈ ਕੇ ਜਾਣਾ। ਮੈਂ ਕਿਹਾ ਮੇਰੇ ਮਾਤਾ ਜੀ ਸੀਰੀਅਸ ਹੈ, ਮੈਂ ਜਾ ਨਹੀਂ ਸਕਦਾ। ਮੈਂ ਇੱਕ ਨੰਬਰਦਾਰ ਆ, ਡੀ ਸੀ ਦੇ ਆਰਡਰ ਤੋਂ ਬਿਨਾਂ ਨਹੀਂ ਜਾ ਸਕਦਾ। ਇਸ ਕਰਕੇ ਮੈਂ ਆਪਣੇ ਘਰ ਦੇ ਵਿੱਚ ਬੇਸ਼ੱਕ ਰੋਕਣਾ, ਰੋਕ ਸਕਦੇ ਨਹੀਂ ਤਾਂ ਮੈਂ ਨਹੀਂ ਰੋਕ ਸਕਦਾ। ਇਹ ਬੇਨਤੀ ਹੈ।